9 तारीख को अनफॉर्चुनेटली जब चॉकलेट डे था तो शहर के एक लड़की और लड़का दे हैड गॉन टूवर्ड्स इच्छेवाल जो सिद्धवा बेट कनाल है रफली अराउंड जो हमने सीसीटीवी फुटेज से देखा 8:26 पे जनपथ कॉलोनी को क्रॉस किया है। उस तो बाद अगे जाके इच्छेवाल जो माइक्रो हाइडल प्रोजेक्ट लगा हुआ है वहाँ से आगे जाके टूवर्ड्स डाउन स्ट्रीम उत्थे इन्हां नूं ये मुंडिया ने असॉल्ट किया है। असॉल्ट करके इन्हां नूं नाल चार दुआरी वाला प्लॉट सी उत्थे ले जाके इस जो भी है कुकर्म किए ने ते उस तो बाद सबसीक्वेंटली जिहड़ा तुसीं टीवी ते भी देखिया होना इन्हां ने इन्हां दे फ्रेंड तो पैसे की डिमांड भी की है। तो ये जिहड़ा सारा करन तो बाद 10 तरीक ये 9 तरीक नूं वेट करते रहे ने 10 तरीक नूं इन्हां ने नैचुरली एडा वड्डा हुंदा है तां बच्चे ते बच्ची दे मन ते बोझ हुंदा पेरेंट्स दा हुंदा सारा कुछ। तो सबसीक्वेंटली शाम नूं इन्हां ने अप्रोच किया है अपने पुलिस स्टेशन दाखा नूं ਉੱਥੇ ਮੈਡਮ ਡੀ ਐੱਸ ਪੀ ਨੇ ਹਰਕਮਲ ਔਰ ਐੱਸ ਐੱਚ ਓ ਇਹਨਾਂ ਨੇ ਬਕਾਇਦਾ ਇਹਨਾਂ ਦੀ ਸਟੇਟਮੈਂਟ ਲਈ ਹੈ। ਸਟੇਟਮੈਂਟ ਲੈ ਕੇ 11:30 ਸੀ ਐੱਚ ਸੀ ਸੁਧਾਰ ਫੋਰ ਮੈਡੀਕਲ ਲੈ ਕੇ ਗਏ ਪਰ ਅਨਫੋਰਚੂਨੇਟ ਰਾਤ ਨੂੰ ਹੁੰਦਾ ਨਹੀਂ ਤਾਂ ਅਗਲੇ ਦਿਨ ਯੈਸਟਰਡੇ ਮੋਰਨਿੰਗ ਇਹ ਜਿਹੜਾ ਉੱਥੇ ਮੈਡੀਕਲ ਕਰਵਾਇਆ ਗਿਆ। ਉੱਥੇ ਜਦ ਮੈਡੀਕਲ ਚੱਲ ਰਿਹਾ ਸੀ ਉੱਥੇ ਮੈਂ ਵੀ ਗਿਆ ਉੱਥੇ ਮੌਕੇ ਦੇ ਉੱਤੇ ਸਾਡੇ ਐੱਸ ਐੱਸ ਪੀ ਵੀ ਸੀ ਅਸੀਂ ਸਾਰਿਆਂ ਜਾ ਕੇ ਉੱਥੇ ਉਸ ਤੋਂ ਬਾਅਦ ਡਾਕਟਰ ਦੀ ਪਰਮਿਸ਼ਨ ਦੇ ਨਾਲ ਜਾਂ ਉਹਨਾਂ ਨੇ ਦੱਸਿਆ ਵੀ ਸ਼ੀ ਇਜ਼ ਫਿਟ ਠੀਕ ਹੈ ਜੀ ਸ਼ੀ ਇਜ਼ ਅ ਬਰੇਵ ਗਰਲ ਐਂਡ ਸ਼ੀ ਵਿਲ ਕੋਆਪਰੇਟ ਐਂਡ ਸ਼ੀ ਵਿਲ ਉਹਨਾਂ ਤੋਂ ਅਸੀਂ ਕਾਫੀ ਕਲੂਜ਼ ਵਾਈਟਲ ਐਵੀਡੈਂਸ ਸਾਰਾ ਉਹਨਾਂ ਤੋਂ ਗੱਲਬਾਤ ਸੁਣੀ ਕਲੈਕਟ ਕੀਤਾ ਅਤੇ ਸਬਸੀਕੁਐਂਟਲੀ ਮੌਕੇ 'ਤੇ ਵੀ ਗਏ। ਮੌਕੇ ਤੋਂ ਟੈਕਨੀਕਲ ਜਿੰਨੀ ਵੀ ਹੁੰਦੀ ਹੈ ਉਹ ਕਲੂਜ਼ ਐਵੀਡੈਂਸ ਹੋਰ ਵੀ ਫਿਜ਼ੀਕਲ ਐਵੀਡੈਂਸ ਸਾਰੇ ਕਲੈਕਟ ਕੀਤੇ ਅਤੇ ਉਹਨਾਂ ਸਾਰਿਆਂ ਨੂੰ ਐਨਾਲਾਈਜ਼ ਕਰਕੇ ਹੋਲ ਨਾਈਟ ਕੱਲ੍ਹ ਦੀ ਰਾਤ ਸਾਡੀਆਂ ਪੁਲਿਸ ਪਾਰਟੀਆਂ ਮੈਂ ਉਸ ਦਿਨ ਵੀ ਕਿਹਾ ਅਸੀਂ ਲੋਕਲ ਪੁਲਿਸ ਦੇ ਨਾਲ ਅਸੀਂ ਇਨ ਟੱਚ ਸੀ ਅਤੇ ਕੱਲ੍ਹ ਰਾਤ ਅਸੀਂ ਸਾਰੀਆਂ ਆਪਣੇ ਆਲ ਓਵਰ 3-4 ਜ਼ਿਲ੍ਹਿਆਂ 'ਚ ਜਿੱਥੇ ਜਿੱਥੇ ਸਾਨੂੰ ਕਲੂਜ਼ ਹੈਗੇ ਸੀ ਸ਼ਾਰਟਲਿਸਟ ਕੀਤੇ ਸੀ ਉੱਥੇ ਅਸੀਂ ਰੇਡ ਕੀਤੇ ਉਹਨਾਂ ਦੇ ਉੱਤੇ ਰੇਡਸ ਦੇ ਵਿੱਚੋਂ ਅਨਫੋਰਚੁਨੇਟਲੀ ਜਿਹੜੇ ਲੋਕਲ ਕੀਤੇ ਸੀ ਉਹਨਾਂ ਦੇ ਵਿੱਚ ਸਾਡੀ ਕੋਈ ਜ਼ਿਆਦਾ ਸਕਸੈਸ ਨਹੀਂ ਸੀ। ਇੱਕ ਨਵਾਂਸ਼ਹਿਰ ਬੰਗਾ ਏਰੀਆ 'ਚ ਕੀਤਾ ਸੀ ਉੱਥੋਂ ਸਾਨੂੰ ਸਾਦਿਕ ਅਲੀ ਨਾਂ ਦਾ ਮੁੰਡਾ ਮਿਲਿਆ ਸੀ ਜਿਸ ਨੇ ਸਾਰਾ ਅੱਜ ਸ਼ਾਮ ਨੂੰ ਮੈਂ ਦੱਸਦਾ ਸੀ ਇਹ ਕਲੀਅਰ ਕੀਤਾ ਸੀ। ਅਤੇ ਇਹ ਜਿਹੜਾ ਮੇਨ ਲੜਕੀ ਲੜਕੇ ਦੀ ਗੱਲਬਾਤ ਤੋਂ ਅਤੇ ਹੋਰ ਐਵੀਡੈਂਸ ਤੋਂ ਟੈਕਨੀਕਲ ਤੋਂ ਜਿਹੜਾ ਸਾਡਾ ਮੇਨ ਉੱਭਰ ਰਿਹਾ ਸੀ ਉਹ ਜਗਰੂਪ ਸਿੰਘ ਸਾਨੂੰ ਮਲਕੀਤ ਸਿੰਘ ਪਿੰਡ ਜਸਪਾਲ ਬਾਂਗਰ ਜੋ ਕਿ ਸ਼ਹਿਰ ਦੇ ਅੰਦਰ ਹੈ ਉੱਥੇ ਉਹ ਐਮਰਜ ਹੋ ਰਿਹਾ ਸੀ। ਇਹਦੇ ਲਈ ਸਾਡੀ ਪੁਲਿਸ ਪਾਰਟੀ ਅੰਡਰ ਜਗਦੀਸ਼ ਇੰਸਪੈਕਟਰ ਜਗਦੀਸ਼ ਅਤੇ ਡੀ ਐੱਸ ਪੀ ਡੀ ਅਮਨਦੀਪ ਇਹਨਾਂ ਸਾਰਿਆਂ ਨੇ ਆ ਕੇ ਲੋਕਲ ਪੁਲਿਸ ਨੂੰ ਡੀ ਸੀ ਪੀ ਸਾਹਿਬ ਨੂੰ ਅਤੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ। ਲੋਕਲ ਪੁਲਿਸ ਨੂੰ ਲੈ ਕੇ ਇਹਨਾਂ ਨੇ ਰੇਡਸ ਕਰੀਆਂ ਨੇ ਅਤੇ ਕਾਫੀ ਪ੍ਰੈਸ਼ਰ ਦਬਾਅ 'ਚ ਸਾਰਾ ਦਿਨ ਬਣਾ ਕੇ ਰੱਖਿਆ। ਉਹਦਾ ਐਂਡ ਰਿਜ਼ਲਟ ਇਹ ਹੋਇਆ ਕਿ ਸ਼ਾਮ ਨੂੰ ਲੇਟ ਈਵਨਿੰਗ ਥੋੜ੍ਹੀ ਦੇਰ ਪਹਿਲਾਂ ਜਿਹੜਾ ਜਗਰੂਪ ਸਿੰਘ ਪੁੱਤਰ ਮਲਕੀਤ ਸਿੰਘ ਹੈ ਉਹ ਜਦ ਪੁਲਿਸ ਪਾਰਟੀਆਂ ਘੁੰਮ ਰਹੇ ਤਾਂ ਉਹਨਾਂ ਨੂੰ
ਲੋਕਲ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਪੇਸ਼ ਹੋ ਗਿਆ ਅਤੇ ਉਹਦੀ ਜਿਹੜੀ ਆ ਲੋਕਲ ਜਿਹੜੇ ਆਪਣੇ ਨੇ DCP ਸਾਹਿਬ ਅਤੇ ਇਹਨਾਂ ਸਾਰਿਆਂ ਨੂੰ ਅਤੇ ਸਰ ਜਦੋਂ ਇਤਲਾਹ ਮਿਲੀ ਹੈ ਤਾਂ ਉਸ ਤੋਂ ਬਾਅਦ ਇਹ ਸਾਡੇ ਜਿਹੜੇ ਇੰਸਪੈਕਟਰ ਜਗਦੀਸ਼ ਅਤੇ IO ਨੇ ਜਿਹੜੇ ਪਾਰਟੀ ਆਈਆਂ ਸੀ ਉਹਨਾਂ ਨੇ ਹੁਣ ਇਹਦੀ ਫੋਰਮਲੀ ਅਰੈਸਟ ਪਾ ਲਈ ਹੈ ਅਤੇ ਅਸੀਂ ਅਰੈਸਟ ਪਾ ਕੇ ਇਹਨੂੰ ਜਿਹੜਾ ਦਾਖੇ ਥਾਣੇ 'ਤੇ ਜਾ ਰਹੇ ਹਾਂ ਅਤੇ ਅੱਗੇ ਦੀ ਫਰਦਰ ਪੁੱਛ ਗਿੱਛ ਜਗਰੂਪ ਸਿੰਘ ਸਨੋ ਮਲਕੀਤ ਸਿੰਘ ਰਾਤ ਵੀ ਦਿਨੇ ਵੀ ਜੁਆਇੰਟਲੀ ਅਸੀਂ ਰੇਡਾਂ ਕਰ ਰਹੇ ਹਾਂ ਹੁਣ ਸਾਰਾ ਦਿਨ ਦਾ ਪ੍ਰੈਸ਼ਰ ਪਿਆ ਹੋਇਆ ਸੀ ਸ਼ਾਮ ਨੂੰ ਇਹ ਜਿਹੜਾ ਜਗਰੂਪ ਸਿੰਘ ਹੈ ਇਹ ਕੁਛ ਮੁਹਤਵਰ ਬੰਦਿਆਂ ਨੂੰ ਲੈ ਕੇ ਪੇਸ਼ ਹੋਇਆ 30-32 ਸਾਲ ਹੈ ਅਤੇ ਯਾਰ ਹੁਣ ਮੈਨੂੰ ਪੂਰਾ ਕਰ ਲੈਣ ਤੋਂ ਫਿਰ ਆਪਾਂ ਕੰਮ ਕਰਾ ਦਿਆਂਗੇ ਕਾਕਾ ਅਤੇ 30-32 ਸਾਲ ਇਹਦੀ ਏਜ ਹੈ ਇਹ ਜਿਹੜਾ ਪੇਸ਼ ਹੋਇਆ ਅਤੇ ਜਦ ਪੇਸ਼ ਹੋ ਗਿਆ ਸਾਡੀਆਂ ਪੁਲਿਸ ਪਾਰਟੀਆਂ ਨੇ ਇਹਦੀ ਫੋਰਮਲੀ ਉੱਥੇ ਅਰੈਸਟ ਪਾ ਲਈ ਹੈ ਅਤੇ ਨਾਓ ਹੀ ਇਜ਼ ਅੰਡਰ ਅਰੈਸਟ ਅਤੇ ਲੈ ਕੇ ਹੁਣ ਉਹਨੂੰ ਅਸੀਂ ਆਪਣੇ ਇਹਨਾਂ ਦੇ ਹਵਾਲੇ ਜਿਹੜੇ ਨੇ IOL ਲੈ ਕੇ ਜਾ ਰਹੇ ਆ ਜਗਰਾਉਂ ਜਾ ਕੇ ਇਹਦੀ ਫਰਦਰ ਅੱਗੇ ਪੁੱਛ ਗਿੱਛ ਕਰਾ ਹੁਣ ਸਵਾਲ ਪੁੱਛੋ ਦੇਖੋ ਸਾਡੀ ਜਿਹੜੀ ਸਾਦਿਕ ਅਲੀ ਦੀ ਪੁੱਛ ਗਿੱਛ ਸੀ ਜੋ ਸਾਦਿਕ ਅਲੀ ਕੀ ਪੁੱਛ ਗਿੱਛ ਸੀ ਉਹਦੀ ਪੁੱਛ ਗਿੱਛ ਨੇ ਇਹ ਚੀਜ਼ ਆਈ ਸੀ ਕਿ 6 ਲੋਕ ਹੈ ਉਨ 6 ਲੋਕ ਮੈਂ ਸਬਸੇ ਨਾਮ ਉੱਪਰ ਜਗਰੂਪ ਸਿੰਘ ਕਾ ਥਾ ਉਸਕੇ ਬਾਅਦ ਅਜੇ ਕੁਮਾਰ ਹੈ ਅਲੀਅਸ ਬ੍ਰਿਜ ਨੰਦਨ ਉਸ ਤੋਂ ਬਾਅਦ ਸੈਯਦ ਅਲੀ ਹੈ ਦੈਨ ਸੁਰਮਾ ਹੈ ਐਂਡ ਏਕ ਅਨਨੋਨ ਹੈ ਤੋ ਇਨ ਸਭੀ ਕੋ ਆਈਡੈਂਟੀਫਿਕੇਸ਼ਨ ਫਿਕਸ ਹੋਣੇ ਕੇ ਬਾਅਦ ਅਨਨੋਨ ਵੀ ਜੋ ਹੈ ਸੁਰਮਾ ਕਾ ਰਿਸ਼ਤੇਦਾਰ ਹੈ ਤੋ ਉਸ ਤੋਂ ਬਾਅਦ ਅਭੀ ਹਮਾਰੇ ਪਾਸ ਸਾਦਿਕ ਅਲੀ ਦਿਨ ਮੇ ਪਕੜਾ ਗਿਆ ਥਾ ਔਰ ਅਭੀ ਯੇ ਨੈਕਸਟ ਅਰੈਸਟ ਜਗਰੂਪ ਸਿੰਘ ਕੀ ਹੋਈ ਹੈ ਦੋ ਅਰੈਸਟ ਹੋ ਗਏ ਜੀ ਦੇਖੀਏ ਐਸਾ ਹੈ ਜਗਰੂਪ ਸਿੰਘ ਲੋਕਲ ਹੈ ਪੰਜਾਬੀ ਹੈ ਔਰ ਜੋ ਦੂਸਰਾ ਇੱਕ ਅਜੇ ਹੈ ਉਹ ਅਭੀ ਪਿਛਲੇ ਸਾਲ ਦੋ ਸਾਲ ਸੇ ਪਗੜੀ ਵਗੈਰਾ ਬੰਦ ਹੈ ਬਟ ਅਦਰਵਾਈਜ਼ ਗੋਂਡਾ ਡਿਸਟ੍ਰਿਕਟ ਕਾ ਹੈ ਫਰੋਮ UP ਏਰੀਆ ਬਾਕੀ ਜੋ ਚਾਰੋਂ ਹੈ ਵੋ ਗੁਜਰ ਕਮਿਊਨਿਟੀ ਕੋ ਬਿਲੋਂਗ ਮਾਸਟਰ ਦੇਖੋ ਐਸਾ ਹੈ ਅਭੀ ਤੱਕ ਜੋ ਪਹਿਲੇ ਵਾਲੇ ਨੇ ਬਤਾਇਆ ਇਸ ਤੋਂ ਅਭੀ ਪੁੱਛ ਗਿੱਛ ਕਰਨੀ ਹੈ ਪਰ ਜੋ ਹਮਾਰੇ ਪਾਸ ਲੜਕੇ ਔਰ ਲੜਕੀ ਕੇ ਕਨਵਰਸੇਸ਼ਨ ਮੇਂ ਜੋ ਹਮਨੇ ਉਨਸੇ ਇਨਫੋਰਮੇਸ਼ਨ ਡਿਰਾਈਵ ਕੀਆ ਹੈ ਉਸਕੇ ਮੁਤਾਬਕ ਇਸਕਾ ਹੀ ਨਾਮ ਲਿਆ ਜਾ ਰਹਾ ਥਾ ਜਗਰੂਪ ਸਿੰਘ ਕਾ ਜਗਰੂਪ ਸਿੰਘ ਕਾ ਨਾਮ ਲਿਆ ਜਾ ਰਹਾ ਥਾ ਔਰ ਯੇ ਵੀ ਕਲਿੰਚਿੰਗ ਐਵੀਡੈਂਸ ਥਾ ਕਿ ਜਗਰੂਪ ਸਿੰਘ ਕੋ ਵਹਾਂ ਪੇ ਇਸ ਇੱਕ ਜੋ ਹਮੇ ਬਤਾਇਆ ਗਿਆ ਥਾ ਯੇ ਫਿਜ਼ੀਕਲ ਮਤਲਬ ਯੇ ਚੀਜ਼ ਇਨਵੈਸਟੀਗੇਸ਼ਨ ਕਾ ਪਾਰਟ ਹੈ ਜਬ ਹਮਨੇ ਯੇ ਹਮੇ ਹੈਲਪ ਮਿਲੀ ਕਲੂਜ਼ ਮਿਲੇ ਕਿ ਉਹਨਾਂ ਨੇ ਕਿਹਾ ਜੀ ਇੱਕ ਲੜਕੀ ਪਾਲ ਕਾ ਜਾਂ ਪਾਇਲ ਹਿੰਦੀ ਮੇਂ ਪਾਇਲ ਬੋਲਦੇ ਹਾਂ ਪਾਲ ਕਾ ਫੋਨ ਆ ਰਹਾ ਥਾ ਤੋ ਹਮੇ ਮਾਲੂਮ ਥਾ ਹਮਨੇ ਵੋਟਰ ਲਿਸਟ ਨਿਕਾਲ ਕੇ ਗਿੱਲ ਹਲਕੇ ਕੀ ਹਲਕੇ ਕੀ ਵੋਟਰ ਲਿਸਟ ਨਿਕਾਲੀ ਵੋਟਰ ਲਿਸਟ ਮੇਂ ਜਗਰੂਪ ਕੀ ਵਾਈਫ ਕਾ ਨਾਮ ਜਸਪਾਲ ਕੌਰ ਹੈ तो वो पाल पाल हमने दीज आर सर्टेन थिंग जहाँ के हम इसके ऊपर पहुंचे हैं शिकंजा कसा है। एक बात क्लियर कर दीजिए 12 का नाम आ रहा था अब आप कह रहे 6 हैं देखो मैं तो मेरी गल सुनो एक मिनट मेरे पास उन्होंने जो बयान लिखाया है मेरे पास नहीं मतलब जो हमारे IO को लड़की ने बयान लिखाया जी के 9 उसने 9-10 बोला है
हमने कभी 12 नहीं बोला, उसने बोला कि 9-10 है, ठीक है। हमने जो उसका बयान था पूछ का उसकी पूछगिछ की है। उसके बाद रात को हमने कल जो स्केच वाले बुलाए थे दूर बाहर से, तो लड़की ने उसमें 6 स्केच बनवाए हैं, एक वो अलग है। उसके बाद आज जब हमने सादिक अली को पकड़ा है तो उसकी पूछगिछ में 6 ही लोग आए हैं टोटल, तो अभी हम आज अभी तक समझे। बाकी हूँ अभी देखो, ये तो सिंगल, ये सिंगल वर्शन था, अभी जो सेकंड वर्शन है ये आएगा, इससे क्लियर हो जाएगा कि अगर और एक्स्ट्रा है तो वो आप आ जाएंगे, अगर यही है तो फाइनलाइज हो जाएगा। हूँ आप सारे कटते हैं, पर जो सादिक अली ने अभी तक बताया, देखो अभी तो इसको तो पूछगिछ करनी है। सादिक अली ने जो अभी तक बताया है, सादिक अली ने कहा कि मैं तो इतों इन्हों मेरी रिश्तेदारी है जेडे 3-4 ने सैयद ते सुरमा ते इन्हां ना, ਮੈਂ ਤਾਂ ਇਹਨਾਂ ਨੂੰ ਮਿਲਣ ਗਿਲਣ ਆਉਣਾ, ਤੇ ਇਹ ਮੈਨੂੰ ਕਹਿੰਦੇ ਚਲੋ ਤੈਨੂੰ ਘੁਮਾ ਕੇ ਲਿਆਉਣੇ ਆ। ਅੱਛਾ, ਜਿਸ ਦਾ ਸਿਰ ਸਾਦਿਕ ਅਲੀ ਦਾ ਵਰਸ਼ਨ, ਠੀਕ ਹੈ। ਜਗਰੂਪ ਔਰ ਉਸਕੇ ਸਰ ਕੀ ਕਨੈਕਸ਼ਨ ਹੈ ਇਨਕਾ? ਜਗਰੂਪ ਦੇਖੀਏ, ਜਗਰੂਪ ਜਸਪਾਲ ਬਾਂਗਰ ਦਾ ਹੈ, ਹਾਂਜੀ। ਅਜੇ ਹੈ ਉਹ ਟਿੱਬੇ ਦਾ ਹੈ, ਜਗਰੂਪ ਬਾਂਗਰ, ਜਗਰੂਪ ਔਰ ਅਜੇ ਮਿੱਤਰ ਹੈ, ਹਾਂਜੀ। ਉਸ ਤੋਂ ਬਾਅਦ ਟਿੱਬੇ ਕੇ ਹੀ ਜੋ ਇਹ ਗੁਜਰ ਕਮਿਊਨਿਟੀ ਕੋ ਬਿਲੋਂਗ ਕਰਦੇ ਹਾਂ, ਸੈਯਦ ਅਲੀ ਔਰ ਸੁਰਮੇ ਹੈ, ਔਰ ਆਗੇ ਸੁਰਮੇ ਵਗੈਰਾ ਇਸਕੇ ਕਜ਼ਨ ਹੈ ਸਰ, ਇਨ ਸਭ ਕੇ ਸਾਦਿਕ ਅਲੀ ਕੇ ਇਨਕੇ ਆਧਾਰ ਕਾਰਡ ਬਣੇ ਹੋਏ ਹਨ ਜੋ ਗੁਜਰ ਕਮਿਊਨਿਟੀ ਯਾਰ। ਅਭੀ ਮੈਂ ਅਭੀ ਇਹ ਨਹੀਂ ਬਤਾ ਰਹਾ, ਪਾਰਟ ਆਫ ਇਨਵੈਸਟੀਗੇਸ਼ਨ ਹੈ, ਜ਼ਰੂਰ ਢੂੰਢ ਲੇਂਗੇ ਸਰ। ਕ੍ਰਿਮੀਨਲ ਪਾਰਟ ਹੈ ਕੋਈ ਇਹਨਾਂ? ਕ੍ਰਿਮੀਨਲ ਕੋਡ ਅਭੀ ਖੰਗਾਲ ਲੇਂਗੇ, ਸਾਦਿਕ ਅਲੀ ਕਾ ਤਾਂ ਕੋਈ ਨਹੀਂ ਹੈ, ਇਹ ਤਾਂ ਅਭੀ ਦੇਖਤੇ ਹੈ। ਬਾਕੀ ਚਾਰ ਬੰਦੇ ਸਾਰੇ ਇਧਰਲੀ ਸਾਈਡ ਤੋਂ ਹਲਕਾ, ਯਾਰ ਇੱਕ ਇੱਕ ਪਲੀਜ਼, ਸਾਰੇ ਹਲਕਾ ਗਿੱਲ ਵਾਲੀ ਸਾਈਡ ਤੋਂ ਜਸਪਾਲ ਬਾਂਗੜ, ਜਗ੍ਹਾ ਥੋੜੀ ਜਿਹੀ ਜ਼ਿਆਦਾ ਮਸ਼ਹੂਰ ਹੋ ਗਈ ਇਹਨਾਂ ਜੀ, ਜਿਹੜੀ ਨਹਿਰ ਹੈ, ਨਹਿਰ ਨੂੰ ਮਤਲਬ ਲੋਕ ਹਵਾਖੋਰੀ ਲਈ ਯਾਰ ਇਸ ਲਈ ਨਿਕਲਦੇ ਨੇ ਉੱਧਰ। ਹਾਲੇ ਦੇਖੋ ਸਾਦਿਕ ਅਲੀ ਕੋ ਤਾਂ ਦੇਖਾ ਨਹੀਂ, ਇਸਕੋ ਅਭੀ ਦੇਖਤੇ ਹੈਂ। ਅੱਛਾ, ਇਹ ਜੋ ਸੈਫ ਅਲੀ ਆ ਬੋਲ ਰਹੇ, ਪਹਿਲੇ ਆਪਨੇ ਬੋਲਾ ਸੈਫ ਅਲੀ, ਆਪ ਕਹਿ ਰਹੇ ਸੈਯਦ ਅਲੀ, ਉਹ ਯਾਰ ਨਾਮ ਬਦਲ ਗਿਆ ਹੋਇਆ, ਇਹ ਤਾਂ ਸੈਫ ਅਲੀ ਹੈ, ਇਹ ਨਾਮ ਸੈਫ ਅਲੀ ਹੈ, ਵੈਸੇ ਥੋੜੀ ਲਿਖਦੇ ਨਾਮ ਸੈਫ ਅਲੀ ਹੈ, ਨੇਮ ਇਜ਼ ਵੈਰੀ ਇੰਪੋਰਟੈਂਟ। ਦੇਖੀਏ, ਕੱਲਾ ਗੁਰਪ੍ਰੀਤ ਨੀ, ਅਸੀਂ 18 ਬੰਦੇ ਚੱਕੇ ਸੀ, ਬੀਰਮੀ, ਇੱਛੇਵਾਲ, ਬਸਾਮੀ ਆ ਪਿੰਡ ਇੱਕ ਨੇੜੇ, ਤੇ ਇਹੋ ਜਿਹੇ 3-4 ਪਿੰਡਾਂ ਦੇ ਜਿਨ੍ਹਾਂ ਦਾ ਪੁਰਾਣਾ ਰਿਕਾਰਡ ਸੀ, ਜਿਹੜੇ ਰੀਸੈਂਟਲੀ ਜੇਲ੍ਹ ਚੋਂ ਆਏ ਨੇ। ਉਹ ਸਾਡਾ ਫਰਜ਼ ਬਣਦਾ ਸੀ, ਜੇ ਸਾਡੇ ਕੋਲ ਬਾਕੀ ਚੀਜ਼ਾਂ ਨਹੀਂ ਸੀ ਤਾਂ ਜਿਹੜੇ ਮਾੜੇ ਪਿਛਲੇ ਇਹਨਾਂ ਕੰਮਾਂ 'ਚ ਰਹੇ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਤਹਿਕੀਕਾਤ ਕੀਤੀ ਹੈ। ਪਰ ਜਿਸ ਟਾਈਮ 'ਤੇ ਇਹ ਸਾਰਾ ਕਲੀਅਰ ਹੋ ਗਿਆ ਸੀ, ਉਹ ਸਾਰਿਆਂ ਨੂੰ ਆਪਣੇ ਘਰੇ ਭੇਜ ਦਿੱਤਾ ਗਿਆ। ਸਰ, ਵੂਮਨ ਕਮਿਸ਼ਨ ਨੇ ਆਪਕੋ ਅਪਰੋਚ ਕੀਏ ਕੋਈ? ਵੂਮਨ ਕਮਿਸ਼ਨ ਕੋ ਨੇ ਮੁਝੇ ਨਹੀਂ ਅਪਰੋਚ ਕੀਆ, ਪਰ ਜੋ ਸਟੇਟ ਵੂਮਨ ਕਮਿਸ਼ਨ ਕੇ ਮੈਡਮ ਹੈ, ਉਨਕਾ ਕੱਲ ਹੀ ਫੋਨ ਆਇਆ ਥਾ, ਉਨਕੋ ਹਮਨੇ ਬਤਾ ਦਿਆ ਕਿ 17 ਨੰਬਰ FIR ਇਤਨਾ ਯੇ ਦਰਜ ਹੋ ਚੁੱਕੀ ਹੈ, ਔਰ ਇਸਮੇ ਯੇ ਯੇ ਹੈ। ਬਟ ਆਜ ਜੋ ਹਮੇ ਬਤਾਇਆ ਗਿਆ ਨੈਸ਼ਨਲ ਵੂਮਨ ਕਮਿਸ਼ਨ ਕਾ DSP ਜੋ ਹੈ ਹਮਾਰੇ ਹਲਕਾ ਔਰ IO ਹੈ ਇਸ ਕੇਸ ਕੇ ਹਰਕਮਲ, ਉਨਕੋ ਥਰੂ ਡਿਪਟੀ ਕਮਿਸ਼ਨਰ ਇਨਫੋਰਮੇਸ਼ਨ ਮਿਲੀ ਹੈ। ਟਮੋਰੋ ਯੇ ਆਪਣੀ ਰਿਪੋਰਟ ਜੋ ਵੀ ਆਏਗੇ ਉਨਕੇ ਆਫਿਸਰ ਯਾ ਜੋ ਵੀ ਹੈ ਉਨਕੋ ਮਿਲੇਂਗੇ ਔਰ ਆਪਣੀ ਬ੍ਰੀਫਿੰਗ ਦੇ ਦੇਂਗੇ। ਨੈਸ਼ਨਲ ਕਮਿਸ਼ਨ ਵਾਲੇ ਆਏਗੇ ਕੱਲ? ਆਏ ਹੋਏ ਹੈ, ਪ੍ਰੋਬੇਬਲ ਮੈਨੂੰ ਪਤਾ ਨਹੀਂ ਹੈ, ਪਰ ਉਨਕੋ ਆਇਆ ਹੋਇਆ, ਸ਼ੀ ਵਿਲ ਮੀਟ ਦੈਮ ਟਮੋਰੋ। ਸਰ, ਮਾਸਟਰਮਾਈਂਡ ਦਾ ਲੱਗੇ ਕੁਛ ਨਹੀਂ? ਮਾਸਟਰਮਾਈਂਡ ਹਾਲੇ ਤੱਕ ਉਹਨਾਂ ਦੇ ਮੁਤਾਬਕ ਤਾਂ ਇਹ ਹੈ ਜਗਰੂਪ ਸਿੰਘ ਹੀ ਹੈ। ਇਹ ਆਪੋਜੀਸ਼ਨ ਇਹ ਕਹਿ ਰਹੀ ਹੈ ਕਿ ਬੜਾ ਬੜਾ ਮਿਨਿਸਟਰ ਹੈ, ਸਿਰਫ ਇੱਕ ASI ਆਪਨੇ ਸਸਪੈਂਡ ਕਰ ਦਿਆ, ਇਸ ਵਿੱਚ ਬੜਾ ਅਧਿਕਾਰੀ ਕੋਈ ਹੋਣਾ ਚਾਹੀਦਾ ਆਪੋਜੀਸ਼ਨ? ਬੜਾ ਤਾਂ ਫਿਰ ਮੇਰੇ ਤੋਂ ਬਣਨਾ ਤਾਂ ਇਸ ਰੇਂਜ 'ਚ ਹੈ ਨਹੀਂ ਕੋਈ, ਤੇ ਜੇ ਤੁਸੀਂ ਸਮਝਦੇ ਹੋ ਵੀ ਮੇਰੀ ਇੰਨਾ ਲੈਕੀ ਹੈ ਤਾਂ ਮੈਂ ਜ਼ਰੂਰ ਆਪਣੇ ਆਪ ਨੂੰ ਅਰਪਿਤ ਕਰ ਦਿੰਦਾ। ਪਰ ਦੇਖੀਏ, ਐਸਾ ਹੈ
बड़े और छोटे की बात नहीं, जिसकी जहां जितनी भी थी उस आदमी को उन्होंने कंटेक्ट किया, पर डिस्पाइट दैट वो उनके साथ गया। हम ये समझते हैं कि उसकी ये नालायकी थी कि उसको अपने उच्च अधिकारी को बताना चाहिए था। अगर उसने अपने उच्च अधिकारी को नहीं बताया तो उतना उसको सेक जरूर दे दिया है। सर तुहानू लगदा नहीं ये बेल्ट ओही है इससे वाल ते साउथ सिटी जिथे बलराज डीएसपी बलराज दा भी है असली मैं मेरा मेरा कितनी सुरक्षा नु लेके कितने कितने सवाल। देखो सुरक्षा ये है कि देखिए इच्छेवाल ब्रिज तक कमीशन रेट है, उस तो बाद जगराओं है, ठीक है। ये आम लोगों को पता नहीं होंगे उत्थे तक लाइटा ने, उस तो बाद लाइटा ही नहीं है, नेरे च जाके जे मतलब अनफॉर्चुनेट पार्ट है ना जी के मतलब जे तो यही कह सकते हैं बद किस्मती है कि उत्थे जाके कोई बंदा रात नूं 8:30 बजे जांदा तो इट्स अनफॉर्चुनेट। आज भी उत्थे कुछ गड्डियां घूम रही सी, कुछ लोग जिहड़े ने उत्थे लड़कियां लड़के जिहड़े आ। देखो मैं बच्चों नूं देखो इत्थे फ्रीडम है, अपना अपना सारे कर सकते हैं। गल तो यह कि साडा फर्ज बनता है असीं जिन्नी वध तों वध सुरक्षा प्रदान करिए। यार मैं देखो वह उन्हां दी मौज मस्ती मैं रोक नहीं सकता। असीं तां सिक्योरिटी देखो साडे उत्ते नाका लगे, तुसीं देखिया होणा माइक्रो आइडल दे उत्ते साडा नाका लग्या। अनफॉर्चुनेटली की है कि पहलां साडा नाका उत्थों अगले पासे चगर है ਜਿੱਥੋਂ ਹੰਬੜਾ ਤੇ ਉਹਦੀ ਕ੍ਰੋਸ ਕਰਦੀ ਹੈ ਜਿਹੜੀ ਉਹਨੂੰ ਸਾਡਾ ਨਾਕਾ ਉੱਥੇ ਹੁੰਦਾ ਸੀ, ਇਹ ਜਗ੍ਹਾ ਡਾਰਕ ਸਪੌਟ ਰਹਿ ਗਿਆ। ਚਲੋ ਬਾਕੀ ਜਿਹੜੇ ਰਹਿ ਗਏ ਕਿੰਨਾ ਟਾਈਮ ਲੱਗੂਗਾ ਪੁਲਿਸ ਨੂੰ? ਲੱਗੇ ਹੋਏ ਆ ਜੀ, ਹੁਣ ਵੀ ਪਾਰਟੀਆਂ ਗਈਆਂ ਹੋਈਆਂ ਨੇ ਮੇਰੀਆਂ ਪਾਰਟੀਆਂ, ਹੁਣ ਮੈਂ ਤੁਹਾਨੂੰ ਬਹੁਤਾ ਕੀ ਦੱਸਾਂ, ਇੰਟਰ ਸਟੇਟ ਤੱਕ ਵੀ ਗਈਆਂ ਹੋਈਆਂ ਨੇ। ਅਵਰ ਪਾਰਟੀ ਆਰ ਦੇ ਆਰ ਇਨ ਅਦਰ ਸਟੇਟਸ, ਦੇ ਆਰ ਇਨ ਅਦਰ ਡਿਸਟ੍ਰਿਕਟਸ। ਪੁਲਿਸ ਪਾਰਟੀ ਹਾਂਜੀ, ਪੁਲਿਸ ਪਾਰਟੀ ਕਿੰਨੀ ਲੱਗੀ ਹੋਈ ਹੈ? ਹਾਂਜੀ, ਕੋਈ ਫਿਗਰ ਹੈ ਵੀ ਪੁਲਿਸ ਪਾਰਟੀ ਕਿੰਨੀ ਲੱਗੀ ਹੋਈ ਹੈ? ਦੇਖੋ ਮੇਰੇ ਕੋਲ ਖੰਨੇ ਦੀਆਂ ਵੀ ਇਸ ਟਾਈਮ ਚੱਲ ਰਹੀਆਂ ਨੇ। ਹਾਂਜੀ, ਫਿਰ ਮੇਰੇ ਕੋਲ ਆਪਣੇ ਤਿੰਨਾਂ ਚਾਰਾਂ ਰਫਲੀ ਅਰਾਊਂਡ 16-17 ਪਾਰਟੀਜ਼ ਲੈਡ ਬਾਈ ਡਿਫਰੈਂਟ ਜੀਓਜ਼ ਐਸ ਐਚ ਆਰ ਔਨ ਦੀ ਜੋਬ।